यूएस दे हाउस ने दोनों पार्टियां ने बिल पास किया भी टिकटॉक बंद करनी है, बंद कर दो पूरे यूएस दे विच। जेकर टिकटॉक बंद हुंदी आ किन्ना किन्ना नूं नुकसान हो सकता, किन्ना किन्ना नूं फायदा हो सकता, ते की कारण आ भी टिकटॉक बंद दे पिछे क्यों पै गए? हाँ जी ब्रैड साहब, यूएस दे हाउस ने बिल पास कर दिता है जो कि टिकटॉक नूं पूरे यूएस दे विच बैन कर सकता है, पर उन्होंने कुछ शर्तां रखियां नाल कि कहड़ियां शर्तां ने, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਸੂਰਤ ਦੇ ਵਿੱਚ ਇਹਨੂੰ ਨਹੀਂ ਬੈਨ ਕਰਾਂਗੇ। ਇਹ ਇੱਕ ਨੇਸ਼ਨ ਵਾਈਡ ਟਿਕਟੌਕ ਬੈਨ ਦੀ ਫੇਵਰ ਦੇ ਵਿੱਚ ਦੋਹਾਂ ਹੀ ਪਾਰਟੀਆਂ ਨੇ ਖੁੱਲ੍ਹ ਕੇ ਸਮਰਥਨ ਕੀਤਾ। ਸੋ ਇੱਕ ਓਵਰਵੈਲਮਿੰਗ ਮੈਨਰ ਦੇ ਵਿੱਚ ਵੈਨਸਡੇ ਨੂੰ ਇਹ ਬਿੱਲ ਪਾਸ ਕੀਤਾ ਗਿਆ ਟਿਕਟੌਕ ਦੇ ਖਿਲਾਫ। ਇਹ ਬਿੱਲ ਮੇਜਰ ਚੈਲੰਜ ਹੈਗਾ ਦੁਨੀਆ ਦੀ ਵਨ ਆਫ ਦਾ ਮੋਸਟ ਪਾਪੂਲਰ ਸੋਸ਼ਲ ਮੀਡੀਆ ਐਪ ਦੇ ਲਈ। ਇਹ ਬਿੱਲ ਟਿਕਟੌਕ ਨੂੰ ਯੂਐਸ ਦੇ ਸਟੋਰਸ ਦੇ ਉੱਤੋਂ ਬੈਨ ਕਰਵਾ ਦੇਵੇਗਾ। ਕਿਹੜੀ ਸੂਰਤ ਦੇ ਵਿੱਚ ਕਰਵਾਵੇਗਾ? ਜੇ ਇਹ ਐਪ ਆ ਜਿਹੜੀ ਫੇਮਸ ਐਪ ਟਿਕਟੌਕ ਆਪਣੀ ਪੇਰੈਂਟ ਕੰਪਨੀ ਬਾਈਟ ਡਾਂਸ ਜੋ ਕਿ ਚੀਨ ਦੇ ਨਾਲ ਸੰਬੰਧਿਤ ਕੰਪਨੀ ਹੈ, ਜੇ ਉਹਨਾਂ ਦੇ ਨਾਲ ਤੋੜ ਵਿਛੋੜਾ ਨਹੀਂ ਕਰਦੀ, ਸੋ ਇਹਨਾਂ ਨੂੰ ਇਹ ਕੰਡੀਸ਼ਨ ਦਿੱਤੀ ਗਈ ਹੈ ਕਿ ਆਪਣੀ ਪੇਰੈਂਟ ਕੰਪਨੀ ਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਕਰ ਲਓ, ਅਦਰਵਾਈਜ਼ ਤੁਹਾਨੂੰ ਯੂਐਸ ਦੇ ਵਿੱਚ ਬੈਨ ਕਰ ਦਿੱਤਾ ਜਾਊਗਾ। ਜੇ ਆਪਾਂ ਗੱਲ ਕਰੀਏ ਇਹਨਾਂ ਦੇ ਯੂਜ਼ਰ ਬੇਸ ਦੀ ਤਾਂ ਰਫਲੀ ਅਮੈਰੀਕਾ ਦੇ ਵਿੱਚ 170 ਮਿਲੀਅਨ ਲੋਕ ਇਸ ਵੇਲੇ ਟਿਕਟੌਕ ਯੂਜ਼ ਕਰ ਰਹੇ ਆ। ਇਹ ਬਿੱਲ ਪਾਸ ਹੋ ਗਿਆ ਜੀ, ਤੇ ਇੱਥੋਂ ਪਾਸ ਹੋ ਕੇ ਹੁਣ ਬ੍ਰਾਡ ਸਾਹਿਬ ਸੈਨੇਟ ਦੇ ਵਿੱਚ ਜਾਊਗਾ। ਹਾਊਸ ਦੇ ਵਿੱਚ ਇਸ ਬਿੱਲ ਦੇ ਪੱਖ ਵਿੱਚ 352 ਵੋਟਸ ਪਈਆਂ, ਇਹਦੇ ਅਗੇਂਸਟ ਜਸਟ 65 ਵੋਟਸ ਪਈਆਂ। ਇਹ 65 ਵੋਟਾਂ ਵੀ ਜਿਹੜੀਆਂ ਇਹਦੇ ਖਿਲਾਫ ਪਈਆਂ ਉਹਨਾਂ ਦੇ ਵਿੱਚੋਂ 50 ਡੈਮੋਕਰੇਟਸ ਦੀਆਂ ਸੀਗੀਆਂ ਤੇ 15 ਰਿਪਬਲਿਕਨਸ ਦੀਆਂ ਸੀਗੀਆਂ। ਇਹ ਉਹ ਲੋਕ ਸੀ 65 ਲੋਕ ਜਿਹੜੇ ਚਾਹੁੰਦੇ ਸੀ ਕਿ ਇਹਦੇ ਉੱਤੇ ਕੋਈ ਬੈਨ ਇੰਪੋਜ਼ ਨਾ ਕੀਤਾ ਜਾਵੇ। ਪਰ ਯੂਐਸ ਦੇ ਵਿੱਚ ਹਾਊਸ ਆਫ ਰਿਪ੍ਰੈਜੈਂਟੇਟਿਵਸ ਦੇ ਵਿੱਚ ਜਿਹੜੇ ਲਾਅ ਮੇਕਰਸ ਹੈਗੇ ਆ ਉਹਨਾਂ ਦਾ ਮੰਨਣਾ ਇਹ ਹੈ ਕਿ ਟਿਕਟੌਕ ਆ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਲਈ ਇੱਕ ਥ੍ਰੈਟ ਹੈ। ਉਹਨਾਂ ਦਾ ਮੰਨਣਾ ਇਹ ਵੀ ਹੈ ਕਿ ਕਿਉਂਕਿ ਚਾਈਨੀਜ਼ ਗਵਰਨਮੈਂਟ ਤੇ ਬਾਈਟ ਡਾਂਸ ਇਹ ਕਿਸੇ ਵੇਲੇ ਵੀ ਕਲੋਜ਼ ਹੋ ਸਕਦੇ ਆ। ਜੇ ਕੱਲ੍ਹ ਨੂੰ ਚਾਈਨੀਜ਼ ਗਵਰਨਮੈਂਟ ਇਹ ਕਹਿੰਦੀ ਆ ਬਾਈਟ ਡਾਂਸ ਕੰਪਨੀ ਨੂੰ ਕਿ ਸਾਨੂੰ ਆਪਣੇ ਯੂਜ਼ਰਸ ਦਾ ਡਾਟਾ ਸ਼ੇਅਰ ਕਰੋ, ਸਾਨੂੰ ਉਹਨਾਂ ਦੀ ਜੋ ਵੀ ਪ੍ਰਾਈਵੇਟ ਇਨਫੋਰਮੇਸ਼ਨ ਤੁਹਾਡੀ ਐਪ ਦੇ ਕੋਲ ਸਟੋਰਡ ਆ ਉਹ ਸ਼ੇਅਰ ਕਰੋ, ਤਾਂ 170 ਮਿਲੀਅਨ ਜਿਹੜੇ ਅਮੈਰੀਕਨ ਆ ਉਹਨਾਂ ਦਾ ਡਾਟਾ ਚਾਈਨਾ ਦੇ ਨਾਲ ਸ਼ੇਅਰ ਹੋਣ ਲੱਗਿਆ, ਕੋਈ ਦੇਰ ਨਹੀਂ ਲੱਗਣੀ। ਸੋ ਇਹਦੇ ਮੱਦੇਨਜ਼ਰ ਇਹਨਾਂ ਨੇ ਇਹਨੂੰ ਇੱਕ ਸਿਕਿਉਰਿਟੀ ਥ੍ਰੈਟ ਮੰਨਿਆ ਤੇ ਇਸ ਕਰਕੇ ਇਹ ਬਿੱਲ ਪਾਸ ਕਰ ਲਿਆ। ਇਹ ਵੀ ਕਿਹਾ ਕਿ ਜੇ ਅਜੇ ਵੀ ਉਹ ਤੋੜ ਵਿਛੋੜਾ ਕਰਦੇ ਆ ਚੀਨ ਦੇ ਵਿੱਚ ਆਪਣੀ ਪੇਰੈਂਟ ਕੰਪਨੀ ਦੇ ਨਾਲ ਤਾਂ ਫਿਰ ਉਹ ਚੱਲਦੇ ਰਹਿ ਸਕਦੇ ਆ। ਸੋ ਇਹ ਬਿੱਲ ਹਾਊਸ ਆਫ ਰਿਪ੍ਰੈਜੈਂਟੇਟਿਵਸ ਦੇ ਵਿੱਚ ਪਾਸ ਹੋ ਗਿਆ। ਇਹਦੋਂ ਬਾਅਦ ਇਹਨੇ ਸੈਨੇਟ ਦੇ ਵਿੱਚ ਜਾਣਾ, ਸੈਨੇਟ ਤੋਂ ਬਾਅਦ ਇਸ ਬਿੱਲ ਦੇ ਉੱਤੇ ਪ੍ਰੈਜ਼ੀਡੈਂਟ ਦੇ ਸਾਈਨ ਹੋਣਗੇ ਤੇ ਉਦੋਂ ਬਾਅਦ ਇਹ ਲਾਅ ਬਣ ਜਾਏਗਾ, ਫਿਰ ਜਿਹੜਾ ਟਿਕਟੌਕ ਆ ਉਹ ਬੈਨ ਹੋ ਸਕਦਾ ਜੀ। ਬਿਲਕੁਲ, ਜੇ ਆਪਾਂ ਟਿਕਟੌਕ ਦੀ ਗੱਲ ਕੀਤੀ ਜਾਵੇ, ਟਿਕਟੌਕ ਬੈਨ ਹੁੰਦਾ ਤਾਂ ਆਪਾਂ ਗੱਲ ਕੀਤੀ ਵੀ ਇਹਨੂੰ ਨੁਕਸਾਨ ਕਿੰਨਾ ਨੂੰ ਹੋਊਗਾ ਤੇ ਫਾਇਦਾ ਕਿਹਨੂੰ ਹੋਊਗਾ? ਜੇ ਨੁਕਸਾਨ ਹੋਊਗਾ ਤਾਂ ਕਿਸ ਅਦਾਰਿਆਂ ਦਾ ਹੋ ਸਕਦਾ? ਬ੍ਰੈਡ ਸਾਹਿਬ, ਦੇਖੋ ਬਹੁਤ ਸਾਰੇ ਕ੍ਰੀਏਟਰਸ ਆ ਜਿਹਨਾਂ ਦਾ ਇਸ ਵੇਲੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਹੈਗੇ ਆ ਜਿਹਨਾਂ ਦਾ ਵਧੀਆ ਤੁਸੀਂ ਕਹਿ ਲਓ ਕਿ ਤੂਰੀ ਫੁਲਕਾ ਚੱਲਦਾ ਪਿਆ ਟਿਕਟੌਕ ਦੇ ਸਿਰ ਤੋਂ। ਸੋ ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ ਵਿੱਚ ਹੀ ਨੁਕਸਾਨ ਟਿਕਟੌਕ ਦਾ ਆਪਣਾ, ਕਿਉਂਕਿ ਇਹਨਾਂ ਦਾ ਰੈਵਨਿਊ ਬੇਸ ਜਾਊਗਾ, ਇਹਨਾਂ ਦੀ ਪੇਰੈਂਟ ਕੰਪਨੀ ਦਾ ਨੁਕਸਾਨ ਆ। ਜੇ ਆਪਾਂ ਗੱਲ ਕਰੀਏ ਫਾਇਦੇ ਦੀ ਤਾਂ ਵੱਡਾ ਫਾਇਦਾ ਜਿਹੜੇ ਇਹਨਾਂ ਦੇ ਰਾਈਵਲਸ ਆ ਜਿਹੜੇ ਕੰਪੀਟੀਟਰਸ ਆ, ਚਾਹੇ ਉਹ ਯੂਟਿਊਬ ਸ਼ਾਰਟਸ ਹੋਵੇ, ਚਾਹੇ ਇੰਸਟਾਗ੍ਰਾਮ ਰੀਲਸ ਹੋਵੇ, ਅੱਜ ਕੱਲ੍ਹ ਤਾਂ ਐਕਸ ਵੀ ਵੀਡੀਓ ਪਲੇਟਫਾਰਮ ਦੇ ਵਿੱਚ ਕੁੱਦ ਪਿਆ, ਉਹ ਵੀ ਆਪਣੇ ਜਿਹੜੇ ਯੂਜ਼ਰ ਆ ਉਹਨਾਂ ਦੇ ਕ੍ਰੀਏਟਰ ਆ ਉਹਨਾਂ ਨੂੰ ਰੈਵਨਿਊ ਜਨਰੇਟ ਕਰਕੇ ਦਿੰਦਾ। ਸੋ ਜਿਹੜੇ ਸ਼ਾਰਟ ਵੀਡੀਓ ਪਲੇਟਫਾਰਮ ਹੈਗੇ ਆ ਉਹਨਾਂ ਦਾ ਫਾਇਦਾ ਹੋਣਾ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਨਫਲੂਐਂਸਰਸ ਆ ਉਹਨਾਂ ਦਾ ਨੁਕਸਾਨ ਹੋਣਾ, ਤਾਂ ਇਹ ਕੰਪਨੀ ਦਾ ਤਾਂ ਜ਼ਾਹਿਰ ਜੀ ਗੱਲ ਆ ਹੋਊਗਾ ਹੀ ਹੋਊਗਾ। ਇੱਥੇ ਆਪਾਂ ਇਹ ਵੀ ਗੱਲ ਕੀਤੀ ਹੋਵੇ ਵੀ ਯੂਐਸਏ ਵੱਡਾ ਆਈਟੀ ਦੇ ਵਿੱਚ ਮੰਨਿਆ ਜਾਂਦਾ, ਤੇ ਜੇਕਰ ਟਿਕਟੌਕ ਬੈਨ ਹੁੰਦੀ ਹੈ ਤਾਂ ਫਿਰ ਅਮੈਰੀਕਾ ਦੀਆਂ ਬਥੇਰੀਆਂ ਐਪਸ ਆ ਜਿਹੜੀਆਂ ਚਾਈਨਾ ਦੇ ਵਿੱਚ ਚੱਲਦੀਆਂ ਹੋਣਗੀਆਂ, ਫਿਰ ਉਹ ਵੀ ਅਗਲੇ ਅੱਖਾਂ ਦਿਖਾ ਸਕਦੇ ਆ। ਬ੍ਰੈਡ ਸਾਹਿਬ, ਗੱਲ ਤਾਂ ਤੁਹਾਡੀ ਠੀਕ ਹੈ ਕਿ ਜੇ ਇੱਥੇ ਬੈਨ ਇੰਪੋਜ਼ ਹੁੰਦਾ ਤਾਂ ਇੱਥੋਂ ਦੀਆਂ ਜਿਹੜੀਆਂ ਕੁਝ ਚੀਜ਼ਾਂ ਹੈ ਜਾਂ ਸੋਸ਼ਲ ਮੀਡੀਆ ਦੇ ਨਾਲ ਰਿਲੇਟਡ ਉੱਥੇ ਹੋ ਸਕਦੀਆਂ। ਪਰ ਤੁਸੀਂ ਇੱਕ ਚੀਜ਼ ਦੇਖੀ ਹੋਊਗੀ ਕਿ ਜਿਹੜਾ ਚੀਨ ਆ, ਚੀਨ ਦੇ ਵਿੱਚ ਤਕਰੀਬਨ ਉਹਨਾਂ ਦੀਆਂ ਸੈਲਫ ਮੇਡ ਚੀਜ਼ਾਂ ਹੈਗੀਆਂ ਨੇ, ਉਹ ਆਪਣੇ ਦੇਸ਼ ਦਾ ਜਿਹੜਾ ਪ੍ਰੋਡਕਟ ਆ ਉਹੀ ਜ਼ਿਆਦਾ ਯੂਜ਼ ਕਰਦੇ ਆ, ਈਵਨ ਕਿ ਉਹ ਵਟਸਐਪ ਵਗੈਰਾ ਵੀ ਕਮਿਊਨੀਕੇਸ਼ਨ ਦੇ ਲਈ ਯੂਜ਼ ਨਹੀਂ ਕਰਦੇ। ਉੱਥੋਂ ਦੀ ਸਭ ਤੋਂ ਵੱਧ ਜਿਹੜੀ ਫੇਮਸ ਐਪ ਆ ਕਮਿਊਨੀਕੇਸ਼ਨ ਦੇ ਲਈ ਉਹ ਵੀ ਚੈਟ ਆ। ਸੋ ਉਹ ਜੇ ਕੋਈ ਵੀ ਅਮੈਰੀਕਨ ਪ੍ਰੋਡਕਟ ਤੇ ਬੈਨ ਲਾਉਂਦੇ ਉਹਦਾ ਲੰਮਾ ਚੌੜਾ ਕੋਈ ਇੰਪੈਕਟ ਨਹੀਂ ਪੈਂਦਾ ਜਾਪਦਾ।